ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦੁਨੀਆ ਭਰ ਵਿੱਚ ਵਸਦੀ ਲੋਕਾਈ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਨਿਊਜ਼ੀਲੈਂਡ ਤੋਂ ਸੰਗਤਾਂ ਦੇ ਫੋਨ ਆ ਰਹੇ ਸੀ ਕਿ ਕੱਲ ਦੇ ਗੁਰਦੁਆਰਾ ਸਾਹਿਬ ਦੇ ਕੀ ਸਮਾਗਮ ਹੈ ਲੈਵਲ 3 ਖਾਸ ਤੌਰ ਤੇ ਆਕਲੈਂਡ ਦੇ ਵਿੱਚ ਹੋਣ ਕਾਰਨ ਸੰਗਤਾਂ ਨੂੰ ਪਤਾ ਹੈ ਕਿ ਜਿਹੜੀਆਂ ਗਾਈਡਲਾਈਨਸ ਆ ਉਹਦੇ ਮਤਲਬ ਤੁਸੀਂ ਗੁਰੂ ਘਰਾਂ ਦੇ ਵਿੱਚ ਨਹੀਂ ਇਕੱਠੇ ਹੋ ਸਕਦੇ ਇਸ ਕਰਕੇ ਸਮੁੱਚੀ ਸੰਗਤ ਨੂੰ ਬੇਨਤੀ ਹੈ ਕੱਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਸਪੈਸ਼ਲ ਤੌਰ ਤੇ ਜਿਹੜਾ ਲੌਕਡਾਊਨ ਦੇ ਦਰਮਿਆਨ ਫੂਡ ਪਾਰਸਲ ਜਿਹੜਾ ਗੁਰੂ ਘਰ ਤੋਂ ਕੀਤਾ ਜਾਂਦਾ ਉਹ ਚੱਲੂਗਾ ਜਿਹੜੀ ਵੀ ਸੰਗਤ ਨੇ ਕੱਲ ਨੂੰ ਬੰਦੀ ਛੋੜ ਦੇ ਉਸਤੇ ਗੁਰੂ ਘਰ ਦੇ ਵਿੱਚ ਆਉਣਾ ਹੋਵੇ ਆਪਣੀ ਗੱਡੀ ਵਿੱਚ ਤੁਸੀਂ ਗੇਟ 1 ਵਿੱਚ ਦੀ ਐਂਟਰ ਹੋ ਕੇ ਗੇਟ 3 ਥਾਣੀ ਤੁਸੀਂ ਜਾ ਸਕਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜੇ ਆ ਉਹ ਟਰਾਲੇ ਦੇ ਉੱਪਰ ਪੂਰੀ ਸਜਾਵਟ ਦੇ ਨਾਲ ਜਿਹੜਾ ਉਹ ਬਾਹਰ ਕੱਲ ਨੂੰ ਸੁਸ਼ੋਭਤ ਹੋਣਗੇ ਜਿੱਥੇ ਉੱਥੋਂ ਹੀ ਕੀਰਤਨ ਕਰਨਗੇ ਸੰਗਤ ਜਿਹੜੀ ਆ ਉਹ ਗੱਡੀਆਂ ਦੇ ਵਿੱਚ ਪ੍ਰਕਰਮਾ ਜਦੋਂ ਕਰਨ ਆਉਂਦੀ ਹੈ ਉਹ ਉਵੇਂ ਹੀ ਨਤਮਸਤਕ ਹੋ ਕੇ ਦੇਖ ਲੈ ਕੇ ਜਿਹੜਾ ਉਹ ਗੁਰੂ ਘਰ ਤੋਂ ਜਾ ਸਕਦੀ ਹੈ ਕਿਸੇ ਨੇ ਵੀ ਗੱਡੀ ਚੋਂ ਨਹੀਂ ਨਿਕਲਣਾ ਸਿਰਫ ਜਿਹੜੇ ਵਲੰਟੀਅਰਸ ਆ ਸਾਡੇ ਉਹ ਵਲੰਟੀਅਰ ਜਿਨ੍ਹਾਂ ਦੇ ਕੱਲ ਨੂੰ ਜੈਕਟ ਪਾਈ ਹੋਵੇਗੀ ਜਿਨ੍ਹਾਂ ਨੇ ਕੱਲ ਨੂੰ ਫੂਡ ਪਾਰਸਲ ਜ ਵੰਡੇ ਆ ਸਿਰਫ ਉਹੀ ਵਲੰਟੀਅਰਸ ਜਿਹੜੇ ਆ ਉਹ ਹਾਜ਼ਰ ਰਹਿਣਗੇ 2 ਮੀਟਰ ਦਾ ਜਿਹੜਾ ਫਾਸਲਾ ਤੇ ਜਿਹੜੇ ਹੈਲਥ ਗਾਈਡਲਾਈਨਸ ਆ ਸਾਰੀਆਂ ਉਹਨਾਂ ਨੂੰ ਪ੍ਰੋਪਰ ਗੁਰੂ ਘਰ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਜਿਹੜਾ ਉਹ ਮੇਨਟੇਨ ਰੱਖਿਆ ਜਾਵੇਗਾ ਪੁਲਿਸ ਨੂੰ ਸਪੈਸ਼ਲ ਤੌਰ ਤੇ ਕੱਲ ਨੂੰ ਅਸੀਂ ਬੇਨਤੀ ਕਰਕੇ ਬੁਲਾਇਆ ਅੱਜ ਸਾਡੀ ਪੁਲਿਸ ਨਾਲ ਐਮਐਸਡੀ ਨਾਲ ਮੀਟਿੰਗਾਂ ਸਨ ਜਿਹਦੇ ਸਬੰਧ ਵਿੱਚ ਇਹ ਫੈਸਲਾ ਹੋਇਆ ਕਿ ਇਹਨੂੰ ਬਿਲਕੁਲ ਜਿਹੜਾ ਉਹ ਪ੍ਰੋਪਰ ਗਾਈਡਲਾਈਨ ਦੇ ਹਿਸਾਬ ਨਾਲ ਮਨਾਇਆ ਜਾਵੇਗਾ ਤੇ ਸਿਰਫ ਕਿਉਂਕਿ ਸੰਗਤ ਜਿਹੜੀ ਆ ਉਸ ਦਿਨ ਤੇ ਖਾਸ ਤੌਰ ਤੇ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣਾ ਚਾਹੁੰਦੀ ਹੁੰਦੀ ਹੈ ਤੇ ਨਾਲ ਦੀ ਨਾਲ ਉਹਨਾਂ ਕੋਲ ਕਈਆਂ ਨੇ ਮਠਿਆਈ ਦੇ ਡੱਬੇ ਹੋਏ ਜਾਂ ਇਹੋ ਜਿਹੀਆਂ ਚੀਜ਼ਾਂ ਪੇਟ ਕਰਨੀਆਂ ਉਹ ਜਿਹੜੇ ਤੁਸੀਂ ਲੈ ਕੇ ਆਓਗੇ ਨਾਲ ਦੀ ਨਾਲ ਸੰਗਤ ਨੂੰ ਉਵੇਂ ਹੀ ਜਿਹੜਾ ਉਹ ਗੱਡੀਆਂ ਦੇ ਵਿੱਚ ਵੰਡ ਦਿੱਤਾ ਜਾਵੇਗਾ ਸਮਾਨ ਤੇ ਜਿਹੜਾ ਫਾਇਰ ਵਰਕ ਸੀ ਉਹਨੂੰ ਹਾਲ ਦੀ ਘੜੀ ਅਸੀਂ ਹੋਲਡ ਕਰਕੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਲੈ ਕੇ ਗਏ ਆਂ ਤੇ ਜੇ ਲੋਡ ਪਈ ਕੱਲ ਨੂੰ ਫਿਰ ਕੋਵਿਡ ਇਨਸਟ੍ਰਕਸ਼ਨਾਂ ਚੱਲਦੀਆਂ ਨਹੀਂ ਆ ਤਾਂ ਫਿਰ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਗੁਰਪੁਰਬ ਦੇ ਉੱਪਰ ਜਿਹੜਾ ਉਹ ਕੀਤਾ ਜਾਵੇਗਾ ਪਰ ਕੱਲ ਨੂੰ ਸਪੈਸ਼ਲ ਤੌਰ ਤੇ ਜਿੱਥੇ ਫੂਡ ਪਾਰਸਲ ਦਾ ਸਮਾਗਮ ਆ ਇੱਥੇ ਗੁਰੂ ਘਰ ਦੇ ਵਿੱਚ ਉੱਥੇ ਨਾਲ ਦੀ ਨਾਲ ਇੱਕ ਹੋਰ ਬੇਨਤੀ ਹੈ ਕਿ ਬੇਸ਼ੱਕ ਸਾਡੇ ਭਾਈਚਾਰੇ ਨੇ ਸਾਰਿਆਂ ਨੇ ਜਿਹੜੇ ਆ ਉਹ ਵੈਕਸੀਨ ਲਵਾ ਰਿਹਾ ਲਵਾ ਲਈਆਂ ਆ ਔਰ ਰੈਡੀ ਪਰ ਫਿਰ ਵੀ ਕੁਝ ਸੌਕ ਦੇ ਕਰੀਬ ਸਾਡੇ ਅਜੇ ਹੋਣਗੇ ਜਿਨ੍ਹਾਂ ਨੇ ਅਜੇ ਨਹੀਂ ਲਵਾਈਆਂ ਉਹਨਾਂ ਵਾਸਤੇ 4 ਵਜੇ ਤੋਂ ਲੈ ਕੇ ਕੱਲ ਨੂੰ ਰਾਤ ਦੇ 9 ਵਜੇ ਤੱਕ ਜਿਹੜਾ ਉਹ ਵੈਕਸੀਨ ਦਾ ਵੀ ਜਿਹੜਾ ਨਾਲ ਦੀ ਨਾਲ ਚੱਲੇਗਾ ਗੁਰੂ ਘਰ ਦੇ ਵਿੱਚ ਕਿਸੇ ਨੇ ਵੀ ਆਏ ਹੋਏ ਨੇ ਨਾਤਮਸਤਕ ਹੋਣ ਆਏ ਨੇ ਕੋਈ ਇੰਜੈਕਸ਼ਨ ਜਿਹਦੇ ਨਹੀਂ ਲੱਗਿਆ ਉਹਨੂੰ ਵੀ ਬੇਨਤੀ ਸਾਡੇ ਵੱਲੋਂ ਹੱਥ ਜੋੜ ਕੇ ਕਿ ਤੁਸੀਂ ਸਾਡੇ ਨਾਲ ਇਹ ਸਾਂਝ ਪਾਓ ਆਪਾਂ ਗੁਰੂ ਘਰਾਂ ਦੇ ਵਿੱਚ ਜੇ ਫੁੱਲੀ ਵੈਕਸੀਨ ਨਿਤ ਹੋਵਾਂਗੇ ਤਾਂ ਫਿਰ ਆਪਾਂ ਇੱਕ ਵੱਡੇ ਦਰਬਾਰ ਜਿਹੜੇ ਉਹ ਜਲਦੀ ਐਂਡ ਆਫ ਦਿਸ ਮੰਥ ਸ਼ੁਰੂ ਕਰ ਸਕਦੇ ਹਾਂ ਸੋ ਇਸ ਕਰਕੇ ਸਾਡੇ ਵੱਲੋਂ ਸੰਗਤ ਨੂੰ ਪਰਜੋਰ ਬੇਨਤੀ ਹੈ ਹੈਲਥ ਗਾਈਡਲਾਈਨ ਨੂੰ ਮੀਟ ਕਰੋ ਰੂਟ ਪਾਰਸਲ ਦਾ ਕੱਲ ਨੂੰ ਵੀ ਗੁਰੂ ਘਰ ਦੇ ਵਿੱਚ ਚੱਲੇਗਾ ਆਓ ਜਰੂਰ ਪਰ ਸੰਗਤ ਨੇ ਸਾਰੀਆਂ ਜਿਹੜੀਆਂ ਇਨਸਟਰਕਸ਼ਨਾਂ ਫਾਲੋ ਕਰਦੇ ਹੋਏ ਗੱਡੀਆਂ 'ਚ ਹੀ ਬੈਠੇ ਰਹਿਣਾ ਸਾਡੇ ਵਲੰਟੀਅਰ ਜਿਹੜੇ ਆ ਸੰਗਤ ਨੂੰ ਗਾਈਡਲਾਈਨਸ ਕਰਨਗੇ ਪਰ ਨਾਲ ਦੀ ਨਾਲ ਜਿਹੜੇ ਬੱਚੇ ਆ ਉਹਨਾਂ ਨੂੰ ਖਾਸ ਤੌਰ ਤੇ ਜਿਹਨਾਂ ਦੇ ਇੰਜੈਕਸ਼ਨ ਨਹੀਂ ਲੱਗੇ ਉਹਨਾਂ ਨੂੰ ਤੁਸੀਂ ਘਰਾਂ 'ਚ ਸੁਰੱਖਿਅਤ ਰੱਖੋ ਬੱਚਿਆਂ ਨੂੰ ਇਹ ਸਾਡੀ ਹੱਥ ਜੋੜ ਕੇ ਬੇਨਤੀ ਹੈ ਸੰਗਤ ਨੂੰ ਬੇਨਤੀ ਫਿਰ ਦੁਬਾਰਾ ਗੇਟ 1 ਥਾਣੀ ਵੱੜ ਕੇ ਗੇਟ 3 ਦੇ ਵਿੱਚ ਦੀ ਸਾਰੀ ਸੰਗਤ ਨੇ ਬਾਹਰ ਜਾਣਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਟੱਕਨ ਨਹੀਂ ਗੁਰਦੁਆਰਾ ਸਾਹਿਬ ਵਾਸਤੇ ਸਪੈਸ਼ਲ ਇੱਕ ਹਾਲ ਦਾ ਜਿਹੜਾ ਸਮਾਗਮ ਉਹਦੇ ਬਾਰੇ ਚਾਪ ਜੀ ਨੂੰ ਦੱਸਿਆ ਗਿਆ ਸੋ ਇਹ ਕੱਲ ਨੂੰ ਸਿਰਫ ਤੇ ਸਿਰਫ ਅਸੀਂ ਜੋ ਗਾਈਡਲਾਈਨਸ ਹੈ ਟੱਕਨ ਨਹੀਂ ਗੁਰੂ ਕਰਦੀਆਂ ਕੱਲ ਦੇ ਵਾਸਤੇ ਕਿਉਂਕਿ ਮਿਨਿਸਟਰੀ ਦੇ ਨਾਲ ਸਾਡੀਆਂ ਜੜੀਆਂ ਵਿਚਾਰਾ ਤੋਂ ਬਾਅਦ ਫੈਸਲਾ ਹੋਇਆ ਉਹ ਇਸੇ ਢੰਗ ਨਾਲ ਹੋਇਆ ਕਿ ਆਪਾਂ ਕਿਸੇ ਨੂੰ ਵੀ ਗੁਰੂ ਦਰਬਾਰ ਜਾਂ ਲੰਗਰ ਦੇ ਵਿੱਚ ਕੱਲ ਨੂੰ ਜਿਹੜਾ ਇੰਟਰਨਾ ਹੋਣ ਦੀ ਏ ਤੇ ਨਾ ਹੀ ਬਾਹਰ ਨਿਕਲ ਕੇ ਆਪਾਂ ਜਿਹੜਾ ਉਹ ਕੋਈ ਵੱਡੇ ਇਕੱਠ ਕਰੀਏ ਸੰਗਤ ਸਾਰੀ ਸਾਥ ਦੇਣ ਲਈ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ